ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਭਾਈ ਅਨੰਤ ਵੀਰ ਸਿੰਘ ਜੀ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਜਾਏ ਬਸਹੋ ਵੱਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ ਇਸ ਸ਼ਬਦ ਨੂੰ ਸਿੱਖਣਾ ਹੈ। ਇਹ ਸਵਰ ਛੋਟੇ ਬੱਚਿਆਂ ਲਈ ਅਤੇ ਮੇਰੀਆਂ ਭੈਣਾਂ ਵਾਸਤੇ ਹੈ। ਉਹਨਾਂ ਨੇ ਇੱਥੋਂ ਸ਼ਬਦ ਨੂੰ ਕੱਢਣਾ ਹੈ, ਗਾਇਨ ਕਰਨਾ ਹੈ, ਇੱਥੋਂ ਸਿੱਖਣਾ ਹੈ। ਕਹਿਰਵੇ ਤਾਲ ਦੇ ਵਿੱਚ ਇਹ ਸ਼ਬਦ ਹੈ। ਇਸ ਸ਼ਬਦ ਵਿੱਚ ਧਾ ਕੋਮਲ, ਨੀ ਕੋਮਲ ਅਤੇ ਨੀ ਸ਼ੁੱਧ ਵੀ ਲੱਗਦਾ ਹੈ। ਪਹਿਲਾਂ ਮੈਂ ਸ਼ਬਦ ਗਾਇਨ ਕਰਾਂਗਾ, ਉਸ ਤੋਂ ਬਾਅਦ ਉਸਦੀ ਸਰਗਮ, ਅਤੇ ਉਸ ਤੋਂ ਬਾਅਦ ਵਿੱਚ ਉਸ ਸਰਗਮ ਦੇ ਉੱਪਰ ਸ਼ਬਦ ਨੂੰ ਕਿਸ ਤਰ੍ਹਾਂ ਲਗਾਉਣਾ ਹੈ ਮੈਂ ਤੁਹਾਨੂੰ ਸਿਖਾਵਾਂਗਾ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤ ਸੰਗ ਸਮਾਈਐ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤ ਸੰਗ ਸਮਾਈਐ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤ ਸੰਗ ਸਮਾਈਐ। ਸਰਗਮ ਦੇਖੋ, ਪਾ ਤੋਂ ਸ਼ੁਰੂ ਹੋਣਾ ਹੈ। ਪਾ 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 ਨੀ ਧਾ ਪਾ, ਪਾ 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 ਨੀ ਧਾ ਪਾ, ਨੀ ਧਾ ਕੋਮਲ। ਪਾ 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 ਨੀ ਧਾ ਪਾ ਮਾ ਮਾ ਗਾ ਰੇ ਗਾ ਰੇ ਸਾ ਰੇ ਰੇ ਮਾ। ਪਾ ਪਾ ਧਾ ਨੀ ਧਾ ਮਾ ਪਾ 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 ਮਾ ਗਾ ਮਾ ਪਾ ਗਾ ਮਾ ਪਾ। ਇਹ ਤੇਜ਼ ਕਰਨਾ ਹੈ, ਮਾ ਪਾ ਗਾ ਮਾ ਪਾ। ਇੱਕ ਵਾਰੀ ਫੇਰ ਦੇਖੋ ਜੀ। ਪਾ 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 ਨੀ ਧਾ ਪਾ ਮਾ ਮਾ ਗਾ ਰੇ ਗਾ ਰੇ ਸਾ ਰੇ ਮਾ ਮਾ। ਪਾ ਪਾ ਧਾ ਨੀ ਧਾ ਮਾ ਪਾ 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 ਮਾ ਪਾ ਗਾ ਮਾ ਪਾ। ਹੁਣ ਸ਼ਬਦ ਦੇਖੋ ਕਿਸ ਤਰ੍ਹਾਂ ਲੱਗਣਾ ਹੈ। ਜਾਏ ਬਸੋ ਵੱਡ ਭਾਗਣੀ, ਪਾ 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 ਨੀ ਧਾ ਪਾ ਮਾ ਮਾ ਗਾ ਸਖੀਏ ਰੇ ਗਾ ਰੇ ਸਾ ਸੰਤ ਸੰਗ ਸਮਾਈਐ। ਰੇ ਮਾਮਾ ਪਾ ਪਾ ਧਾ ਨੀ ਧਾ ਮਾ ਪਾ 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 ਮਾ ਪਾ ਗਾ ਮਾ ਪਾ ਸੰਤ ਸੰਗ ਸਮਾਈਐ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤ ਸੰਗ ਸਮਾਈਐ। ਇਸੀ ਪਹਿਲੀ ਲਾਈਨ, ਹੁਣ ਦੂਸਰੀ ਲਾਈਨ ਦੇਖੋ। ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ, ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ। ਸਰਗਮ ਸਾ ਸਾ ਨੀ, ਹੁਣ ਇੱਥੇ ਨੀ ਸ਼ੁੱਧ ਲੱਗਣਾ ਹੈ। ਸਾ ਸਾ ਨੀ ਰੇ ਸਾ 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 ਨੀ ਧਾ ਨੀ ਪਾ ਧਾ ਸਾ ਨੀ ਰੇ ਸਾ। ਸਲੋ ਦੇਖੋ, ਸਾ ਸਾ ਨੀ ਰੇ ਸਾ 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 ਨੀ ਧਾ ਨੀ ਪਾ ਧਾ ਸਾ ਨੀ ਰੇ ਸਾ। ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ, ਸਾ ਸਾ ਨੀ ਰੇ ਸਾ 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 ਨੀ ਧਾ ਨੀ ਪਾ ਧਾ ਸਾ ਨੀ ਰੇ ਸਾ। ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ, ਵਿਆਪੈ ਲਾਸਟ ਵਿੱਚ ਪੈ ਨੂੰ ਲੰਬਾ ਖਿੱਚਣਾ ਹੈ। ਸਰਗਮ ਸਾ ਸਾ ਨੀ ਧਾ ਨੀ ਧਾ ਮਾ ਪਾ ਹੈ। ਸ਼ੁਰੂ ਤੋਂ ਦੇਖੋ। ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ, ਚਰਨ ਕਮਲ ਪਾ 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 ਪਾ
ਇੱਥੇ ਜਿਹੜਾ ਵਾਹਿਗੁਰੂ ਕਰਨਾ ਹੈ ਸਿਮਰਨ, ਉਸਦੀ ਲੈ ਤੁਸੀਂ ਤੇਜ਼ ਕਰ ਦੇਣੀ ਹੈ ਆਪਣੇ ਸ਼ਬਦ ਤੋਂ, ਜਿਹੜੀ ਲੈ ਚੱਲਦੀ ਹੈ ਉਸ ਤੋਂ ਤੇਜ਼ ਕਰਨੀ ਹੈ। ਵਾਹਿਗੁਰੂ 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 ਸਾ ਨੀ ਰੇ 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 ਸਾ 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 ਨੀ ਰੇ 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 ਵਾਹਿਗੁਰੂ 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 ਗਾ ਗਾ ਰੇ ਗਾ ਰੇ ਰੇ ਸਾ ਸਾ ਗਾ ਗਾ ਰੇ ਗਾ ਰੇ ਵਾਹਿਗੁਰੂ 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 ਇੱਕਦਮ ਸਲੋ ਕਰਕੇ ਫਿਰ ਜਿੱਥੇ ਸ਼ਬਦ ਦੀ ਲੈ ਸ਼ੁਰੂ ਕੀਤੀ ਸੀ ਉੱਥੋਂ ਹੀ ਸ਼ੁਰੂ ਕਰਦਾ ਹੈ ਅਸਥਾਈ ਨੂੰ। ਵਾਹਿਗੁਰੂ 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 ਜਾਏ ਬਸੋ ਵੰਡ ਪਾਕ ਨੀ ਸਕੀਏ ਸੰਤ ਸੰਗ ਸਮਾਈਏ ਜਾਏ ਬਸੋ ਵੰਡ ਪਾਕ ਨੀ ਸਕੀਏ ਸੰਤ ਸੰਗ ਸਮਾਈਏ ਅੰਤਰਾ ਪਹਿਲਾ ਸਰਗਮ ਕੀਤੀ ਸੀ ਤਹਿ ਦੁੱਖ ਨਾ ਭੁੱਖ ਨਾ ਰੋਗ ਵਿਆਪਿਆ, ਉਹੀ ਸਰਗਮ ਹੈ ਸਾਰੀ। ਸਾ ਸਾ ਨੀ ਰੇ ਸਾ 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 ਨੀ ਧਾ ਨੀ ਪਾ ਧਾ ਸਾ ਨੀ ਰੇ ਸਾ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਉਸ ਤਰ੍ਹਾਂ ਹੀ ਥੱਲੇ ਆਉਣਾ ਹੈ। ਅੱਗੇ ਲੈ ਕੇ ਜਾਣੀ, ਗਾ ਤੋਂ ਸ਼ੁਰੂ ਕਰ ਰਹੀ। ਗਾ ਗਾ ਰੇ ਸਾ ਨੀ ਧਾ ਪਾ ਧਾ ਸਾ ਨੀ ਰੇ ਸਾ ਇੱਥੇ ਆਉਣ ਵੇਲੇ ਵਾਪਸੀ ਵੇਲੇ ਆਵਲੀ ਨੀ, ਤੇ ਜਦੋਂ ਇੱਥੇ ਵਾਪਸ ਉੱਧਰ ਉੱਪਰ ਨੂੰ ਜਾਣਾ ਫਿਰ ਨੀ ਸ਼ੁੱਧ। ਗਾ ਗਾ ਰੇ ਸਾ ਨੀ ਧਾ ਪਾ ਸਾ ਸਾ ਨੀ ਰੇ ਸਾ ਪ੍ਰੇਮ ਵਿੱਚੋਂ ਨਾ ਮੋਹੇ ਵਿਆਪੈ ਪ੍ਰੇਮ ਵਿੱਚੋਂ ਨਾਨਕ ਹਰ ਰੰਗ ਨਾਨਕ ਹਰ ਏਕ ਧਿਆਇਐ ਨਾਨਕ ਹਰ ਏਕ
ਨਾਨਕ ਪਾਦ ਕਹਿ ਕੇ ਨਾਨਕ ਹਰ ਇੱਕ ਤੇ ਆਈ ਹੈ, ਇੱਥੇ ਤੁਸੀਂ ਸਿਮਰਨ ਕਰਾ ਸਕਦੇ ਹੋ। ਨਾਨਕ ਹਰ ਇੱਕ ਤੇ ਸ਼ੁਰੂ ਕਰ ਦਿੰਦੀ ਸਾਈ ਜਾਏ ਬਸੋ ਵੱਡ ਪਾਕਣੀ ਸਖੀ ਸੰਤਾ ਸੰਗ ਸਮਾਏ। ਇਸ ਤਰ੍ਹਾਂ ਤੁਸੀਂ ਸਾਰੇ ਅੰਤਰੇ ਇਹੀ ਸੁਰਾਂ ਤੇ ਲੱਗਣੇ ਹਨ ਜਿੱਥੇ ਪਹਿਲੇ ਦੋ ਤੁਸੀਂ ਸਿੱਖੇ ਹਨ, ਉਹੀ ਸਰਗਮ ਤੇ ਉਸ ਤਰ੍ਹਾਂ ਹੀ ਗਾਇਨ ਕਰਨੇ ਹਨ ਤੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਵਾਹਿਗੁਰੂ ਸਿਮਰਨ ਕਰਨਾ ਹੈ, ਤੁਸੀਂ ਆਪ ਜਪਣਾ ਹੈ ਤੇ ਸੰਗਤਾਂ ਨੂੰ ਵੀ ਜਪਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।